ਹਾਲੇਲੂਇਆ। ਸੰਤ ਜੀ ਇਸ ਭਰਾ ਦਾ ਨਾਮ ਸਾਬੀ ਆ, ਇਸੇ ਪਿੰਡ ਦਾ ਪ੍ਰਤਾਪਗੜ੍ਹ ਮੋੜ ਦਾ ਰਹਿਣ ਵਾਲਾ ਆ। ਸੰਤ ਜੀ ਇਹ ਦੱਸ ਰਿਹਾ ਕਿ 8 ਸਾਲ ਤੋਂ ਇਸ ਭਰਾ ਦੇ ਸਾਰੇ ਸਰੀਰ ਦੇ ਉੱਤੇ ਐਲਰਜੀ ਸੀ। ਐਲਰਜੀ ਅਲੱਗ ਚੀਜ਼ ਹੈ, ਪੰਜਾਬ ਚ ਅਸੀਂ ਪੰਜਾਬੀ ਨੂੰ ਕਹਿੰਦੇ ਆ ਕਾਲਾ ਕੋੜ, ਜਿਹੜਾ ਮਾਸ ਨਹੀਂ ਕਰਦਾ ਆ ਪੂਰੀ ਤਰ੍ਹਾਂ। ਕੀ ਹੁੰਦਾ ਸੀ ਮਾਸ ਤੇ ਥੋੜਾ ਬਾਈ ਮੋਟੀਆਂ, ਮਤਲਬ ਕਿ ਪਹਿਲਾਂ ਜ਼ਖਮ ਬਣਦਾ ਸੀਗਾ, ਖਾਰਿਸ਼ ਹੁੰਦੀ ਸੀਗੀ, ਖਾਜ ਕਰ ਕਰਕੇ ਜ਼ਖਮ ਬਣ ਜਾਂਦਾ ਸੀਗਾ ਔਰ ਉਹ ਜ਼ਖਮ ਵੱਡਾ ਹੋ ਜਾਂਦਾ ਸੀਗਾ। ਉਹ ਤੋਂ ਸਾਰਾ ਮਾਸ ਕੀ ਹੁੰਦਾ, ਇਕੱਠਾ ਹੋ ਜਾਂਦਾ ਸੀ ਕਿ ਸੁੱਕੜ ਜਾਂਦਾ ਸੀ, ਸਾਰਾ ਹੀ ਮਾਸ ਉਤਰ ਜਾਂਦਾ ਸੀਗਾ ਪੂਰਾ ਹੱਥ ਦਿਖਾ। ਇਹਦੇ ਹੱਥ ਦੇਖਣ ਵਾਲੇ ਨਹੀਂ ਸੀਗੇ ਜਦੋਂ ਇਹਨੇ ਦਿਖਾਏ ਆ, ਔਰ ਇਹਦੇ ਬਿਲਕੁਲ ਗਲੇ ਤੇ ਵੀ ਆ ਹਲਕਾ ਜਿਹਾ ਨਿਸ਼ਾਨ ਹੈ, ਜਿੱਦਾਂ ਮਤਲਬ ਕਿ ਪੂਰਾ ਚਮੜੀ ਜਿਹੜੀ ਹੈ ਉਹ ਲੱਕ ਜਾਂਦੀ ਸੀ, ਪੂਰੀ ਦੀ ਪੂਰੀ ਚਮੜੀ ਗਲ ਜਾਂਦੀ ਸੀ। ਇਹਨੂੰ ਜਿੱਦਾਂ ਕਿ ਫੰਗਸ ਕਹਿੰਦੇ ਔਰ ਉਹਦੇ ਨੂੰ ਕੋੜ ਦੀ ਬਿਮਾਰੀ ਕਿਹਾ ਜਾਂਦਾ। ਔਰ ਕਿੰਨੇ ਸਾਲ ਤੋਂ ਸੀ, 8 ਸਾਲ ਤੋਂ ਇਲਾਜ ਨਹੀਂ ਕਰਵਾਇਆ, ਮਤਲਬ ਕਿ 8 ਸਾਲ ਤੋਂ ਦਵਾਈਆਂ ਖਾ ਰਿਹਾ ਸੀ। ਅਲੱਗ ਅਲੱਗ ਡਾਕਟਰਾਂ ਕੋ ਗਿਆ, ਕੀ ਕਹਿੰਦੇ ਸੀ ਡਾਕਟਰ, ਕੀ ਕਹਿੰਦੇ ਸੀਗੇ, ਜਿੰਨੀ ਦੇਰ ਤੱਕ ਉਹ ਦਵਾਈ ਖਾਏਗਾ ਤਦ ਤੱਕ ਆਰਾਮ ਰਹਿਣਾ। ਮੈਂ 10 ਅਕਤੂਬਰ ਤੋਂ ਲਗਾਤਾਰ ਆ ਰਿਹਾ ਵਾ ਭਵਨ ਦੇ ਵਿੱਚ, ਇਸ ਚਰਚ ਦੇ ਵਿੱਚ ਔਰ ਇਸ ਅਗਵਾਈ ਦੇ ਵਿੱਚ ਚੱਲ ਰਿਹਾ ਵਾ ਔਰ ਲਗਾਤਾਰ ਪ੍ਰੇਅਰ ਹੋ ਰਹੀ ਹੈ। ਜਿਹੜੇ 8 ਸਾਲ ਤੋਂ ਡਾਕਟਰਾਂ ਦੀ ਦਵਾਈ ਦੇ ਨਾਲ ਠੀਕ ਨਹੀਂ ਹੋਇਆ, ਅਕਤੂਬਰ 10 ਨਵੰਬਰ ਦਸੰਬਰ ਜਨਵਰੀ ਹੈ ਅੱਜ ਹੱਥ ਦੇ। ਪਹਿਲਾਂ ਤੈਨੂੰ ਸ਼ਰਮ ਆਉਂਦੀ ਸੀ ਕਿਸੇ ਨੂੰ ਹੱਥ ਦਿਖਾਉਣ ਲੱਗੇ, ਖੁੱਲ ਕੇ ਦੱਸ ਰਿਹਾ ਮੈਂ ਆਪਣੇ ਸਹੁਰੇ ਵੀ ਨਹੀਂ ਜਾਂਦਾ। ਮਤਲਬ ਕਿ ਸਹੁਰਿਆਂ ਦੇ ਨਹੀਂ ਜਾਣਾ, ਰਿਸ਼ਤੇਦਾਰਾਂ ਦੇ ਨਹੀਂ ਜਾਣਾ, ਕਿਉਂਕਿ ਇੰਨੀ ਸ਼ਰਮ ਆਉਂਦੀ ਸੀ, ਗੱਲ ਚੁੱਕਾ ਹੋਇਆ ਸੀਗਾ ਕਾਲ, ਮਤਲਬ ਕਿ ਜਿੱਦਾਂ ਚਮੜੀ ਸੁੱਕ ਕੇ ਜਿੱਦਾਂ। ਲੇਕਿਨ ਲਗਾਤਾਰ ਪ੍ਰੇਅਰ ਹੋ ਰਹੀ ਹੈ, ਲਗਾਤਾਰ ਚਰਚ ਆ ਰਹੀ ਹੈ। ਸੰਤ ਜੀ ਦੇ ਕੰਮ ਕਿਸੇ ਵੇਲੇ ਜਦੋਂ ਜ਼ਿਆਦਾ ਵੱਧ ਜਾਂਦੇ ਸੀ ਤੇ ਕੰਮ ਵੀ ਨਹੀਂ ਕਰ ਪਾਉਂਦਾ, 10-10 15 15 ਦਿਨ ਵਿਹਲਾ ਰਹਿੰਦਾ ਸੀ। ਅੱਛਾ ਹਾਂਜੀ, ਮਤਲਬ ਕਿ 10-10 15 ਦਿਨ ਕੰਮ ਵੀ ਨਹੀਂ ਜਾਣਾ ਤੇ ਘਰ ਕਿੱਦਾਂ ਚੱਲਦਾ ਸੀ, ਘਰ ਚ ਤੰਗੀ ਕਿੱਦਾਂ ਖਰਚਾ ਚਲਾਉਂਦੇ ਸੀ, ਜਿੱਦਾਂ ਵੀ ਨਿਕਲ ਗਿਆ ਟਾਈਮ ਨਿਕਲ ਗਿਆ। ਔਰ ਜਦੋਂ ਦੇ ਚਰਚ ਆ ਰਹੇ ਹਾਂ, ਮਹਾਸਾਮਰ ਨਾਲ ਚੰਗਿਆਈ ਮਿਲੀ ਹੈ, ਵੱਡੇ ਕੰਮ ਹੋਏ ਆ, ਕੰਮ ਤੇ ਵੀ ਜਾ ਰਿਹਾ ਵਾ, ਬਹੁਤ ਨਹੀਂ ਕੋਈ ਸ਼ਰਮ ਆਉਂਦੀ, ਔਰ ਜਿੱਥੇ ਮਰਜ਼ੀ ਜਾਂਦੀ ਜਾਂਦੀ। ਧੰਨਵਾਦ ਖਾਦਾ ਜੁੰਦੇ ਖੁਦਾ ਦਾ। ਸੁਣੋ ਮੇਰੀ ਗੱਲ, ਇਹ ਗਵਾਈ ਆਪਾਂ ਬੜੀ ਸਿੰਪਲ ਦਿੱਤੀ ਹੈ, ਇੰਨੀ ਈਜ਼ੀ ਇੰਨੀ ਸਿੰਪਲ ਨਹੀਂ ਹੈ। ਉਹ ਖੁਦ ਦੱਸ ਰਿਹਾ ਜੀ ਇਹਨੂੰ ਸ਼ਰਮ ਆਉਂਦੀ ਸੀ ਜਾਣ ਲੱਗੇ, ਹੱਥ ਦਿਖਾਉਣ ਲੱਗੇ, 10-10 15 ਦੇ ਕੰਮ ਨਹੀਂ ਸੀ ਹੁੰਦਾ, ਕਿਉਂਕਿ 8 ਸਾਲ ਥੋੜੇ ਨੇ ਤੇ ਦਵਾਈਆਂ ਤੇ ਦਵਾਈਆਂ, ਦਵਾਈਆਂ ਤੇ ਦਵਾਈਆਂ। ਲੇਕਿਨ ਅੱਜ ਜਿਉਂਦੇ ਪਰਮੇਸ਼ਵਰ ਨੇ ਉਹ ਸ਼ਰਮ ਨੂੰ ਸਦਾ ਲਈ ਖਤਮ ਕਰ ਦਿੱਤਾ। ਹਾਲੇਲੂਇਆ। ਸਾਫ ਹਮ ਕਾ ਕਰਤੀ ਹੈ
ਇਸੇ ਤਾਲੂ ਕੇ ਸਾਥ ਆਪਣੇ ਹੱਥ ਮਿਲਾਤੇ ਹੋਰ ਬਿਲਕੁਲ ਠੀਕ ਹੈ। ਧੰਨਵਾਦ ਕਰੋ ਆਪਣੇ ਹੱਥ ਨੂੰ ਉਠਾ ਕੇ ਜ਼ੋਰ ਦੀ ਜ਼ੋਰ ਦੀ ਜ਼ੋਰ ਦੀ ਜ਼ੋਰ ਦੀ।